ਵਿਜੇ ਦਿਨੀ ਪੰਜਾਬੀ ਗਾਇਕ ਜਸਵੀਰ ਜੱਸੀ ਅਤੇ ਕਾਮੇਡੀਅਨ ਕਲਾਕਾਰ ਕਪਿਲ ਸ਼ਰਮਾ ਪਰਿਵਾਰ ਦੇ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨੂੰ ਗੁਰੂ ਘਰ ਵਿੱਚ ਮੱਥਾ ਟਿਕਾਉਣ ਦੇ ਲਈ ਆਏ ਹਾਂ। ਉਹਨਾਂ ਕਿਹਾ ਕਿ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਵਾਹਿਗੁਰੂ ਸਭ ਤੇ ਮਿਹਰ ਭਰੇ ਹੱਥ ਰੱਖੇ। ਉਹਨਾਂ ਕਿਹਾ ਕਿ ਨਵੀਂ ਫਿਲਮ ਬਹੁਤ ਚੱਲ ਆ ਰਹੀ ਹੈ। ਅੱਜ ਬੱਚੇ ਪਹਿਲੀ ਵਾਰ ਗੁਰੂ ਘਰ ਆਏ ਨੇ ਅਤੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਇਸ ਮੌਕੇ ਤੇ ਬੋਲਿਆਂ ਗਾਇਕ ਜਸਵੀਰ ਜੱਸੀ ਨੇ ਕਿਹਾ ਕਿ ਅੱਜ ਮਨ ਨੂੰ ਆ ਕੇ ਬਹੁਤ ਹੀ ਸ਼ਾਂਤੀ ਮਿਲੀ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਨਵਾਂ ਸਾਲ ਸਭ ਤੇ ਖੁਸ਼ੀਆਂ ਭਰਾ ਲੈ ਕੇ ਆਵੇ ਅਤੇ ਮੁਹੱਬਤਾਂ ਵੰਡੋ ਅਤੇ ਸਭ ਦੇ ਨਾਲ ਪਿਆਰ ਕਰੋ। ਬਸ ਜੀ, ਗੁਰੂ ਘਰ ਆ ਕੇ ਹਮੇਸ਼ਾ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਔਰ ਬੱਚਿਆਂ ਨੂੰ ਮੱਥਾ ਟਿਕਾਉਣਾ ਸੀਗਾ, ਇਹ ਪਹਿਲੀ ਵਾਰੀ ਆਏ ਨੇ। ਅਸੀਂ ਹਮੇਸ਼ਾ ਰਾਤ ਨੂੰ ਉਹਨਾਂ ਨੂੰ ਆਰਾਮ ਨਾਲ ਬੈਠ ਕੇ ਜਾਈਦਾ ਅਤੇ ਅੱਜ ਸਾਨੂੰ ਸੀਗਾ ਬੱਚਿਆਂ ਨੂੰ ਮੱਥਾ ਟਿਕਾ ਦਈਏ। ਸੋ ਬੜੇ ਸੋਹਣੇ ਦਰਸ਼ਨ ਹੋਏ ਜੀ, ਥੈਂਕ ਯੂ ਤੁਹਾਡੇ ਪਿਆਰ ਲਈ ਸ਼ੁਕਰੀਆ। ਟੀਚਾ ਕੋਈ ਬਸ ਜੋ ਰੱਬ ਨੂੰ ਮਨਜ਼ੂਰ ਕੰਮ ਕਰੀ ਜਾ ਰਹੇ ਹਾਂ। ਹਾਂਜੀ ਹਾਂਜੀ, ਨਵੀਂ ਫਿਲਮ ਵੀ ਆਏਗੀ ਜੀ ਇਸੇ ਸਾਲ, ਜ਼ਵੀਗਾਟੋ ਕਰਕੇ ਇੱਕ ਫਿਲਮ ਆ ਰਹੀ ਹੈ। ਹਾਂਜੀ, ਬਸ ਜੀ ਸਰਬੱਤ ਦਾ ਭਲਾ ਹੀ ਚਾਹੀਦਾ, ਬਾਬਾ ਜੀ ਮੇਰਾ ਰੱਖਣ ਸਭ ਤੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅਲਾਏ। ਸੱਚੇ ਪਾਤਸ਼ਾਹ ਦੇ ਆ ਕੇ ਮੁਹੱਬਤਾਂ ਹੀ ਹੈ। ਇਹ ਹਜ਼ੂਰ ਦਾ ਜਿਹੜਾ ਮੈਸੇਜ ਹੈ ਨਾ, ਉਹ ਹੀ ਦੁਨੀਆਂ ਦੇ ਵਿੱਚ ਵੰਡਣਾ ਚਾਹੀਦਾ ਕਿ ਮੁਹੱਬਤਾਂ ਵੰਡੋ, ਪਿਆਰ ਕਰੋ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ। ਜਸੀ ਅੱਜ ਨਵੇਂ ਸਾਲ ਤੇ ਇੱਥੇ ਪਹੁੰਚੇ ਜੇ, ਕੀ ਕਹਿਣਾ ਚਾਹੋਗੇ ਜੋ ਟੀਚਾ ਆ 2023 ਦਾ, ਕੀ ਮਿੱਥਿਆ ਵਾ, ਕੋਈ ਫਿਲਮ ਆ ਰਹੀਆਂ ਜਾਂ ਕੋਈ ਗੀਤ ਆ ਰਹੇ ਨੇ ਨਵੇਂ? ਟੀਚਾ ਸਭ ਤੋਂ ਵੱਡਾ ਤੇ ਇਹੀ ਸੀਗਾ ਕਿ ਇੱਥੇ ਆਉਣਾ ਹੈ ਤੇ ਅੱਜ ਆ ਗਏ ਹਾਂ। ਸਰਬੱਤ ਦਾ ਭਲਾ, ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਸਰਬੱਤ, ਥੈਂਕ ਯੂ, ਸਤਿ ਸ਼੍ਰੀ ਅਕਾਲ।